ਪਾਤੜਾਂ ਐਸਟੀਐਫ ਨੇ 1 ਕਿਲੋ 30 ਗ੍ਰਾਮ ਹੈਰਨ ਨਾਲ ਇੱਕ ਨੂੰ ਕੀਤਾ ਕਾਬੂ। ਪਾਤੜਾਂ ਪੁਲਿਸ ਅਤੇ ਐਸਟੀਐਫ ਦੀ ਸਾਂਝੀ ਕਾਰਵਾਈ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਜਿਸ ਦੇ ਕੋਲੋਂ 1 ਕਿਲੋ 30 ਗ੍ਰਾਮ ਹੈਰਨ ਬਰਾਮਦ ਕੀਤੀ ਗਈ ਹੈ। ਜਾਂਚ ਅਧਿਕਾਰੀ ਦਰਬਾਰਾ ਸਿੰਘ ਨੇ ਕਿਹਾ, ਇਹਦੇ ਕੋਲੋਂ ਹੀਰੋਇਨ 1 ਕਿਲੋ 30 ਗ੍ਰਾਮ ਬਰਾਮਦ ਹੋਈ ਹੈ। ਮੁਕਵਰੀ ਹੋਈ ਸੀ ਵੀ ਇਹ ਮਤਲਬ ਜਿਹੜਾ ਨਰਵਾਣਾ ਰੋਡ ਬਾਈਪਾਸ ਚੌਂਕ ਪਾਤੜਾਂ ਹੈ ਉੱਥੇ ਮਤਲਬ ਆਪਣੀ ਕਾਰ ਸਵਿਫਟ ਦੇ ਵਿੱਚ ਨੰਬਰ ਜਿਹੜਾ ਉਹਦਾ HR 55W 2332 ਦੇ ਵਿੱਚ ਮਤਲਬ ਆਪਣੇ ਗਾਹਕਾਂ ਦੀ ਤਾਂਘ ਦੇ ਵਿੱਚ ਬੈਠੇ ਨੇ ਆਪਣਾ ਸਮਾਨ। ਇਹ ਪੁੱਛਗਿੱਛ ਦੇ ਦੌਰਾਨ ਦਿੱਲੀ ਤੋਂ ਲੈ ਕੇ ਆਏ ਸੀ ਜਿਹੜਾ ਮੰਨਿਆ ਇਹਨਾਂ ਨੇ। ਅਤੇ ਜੁਆਇੰਟ ਐਕਸ਼ਨ ਕਿਹਦੇ ਕਿਹਦੇ ਹੋਇਆ? ਇਹਦੇ ਜੁਆਇੰਟ ਐਕਸ਼ਨ ਮਤਲਬ ਠਾਣਾ ਪਾਤੜਾਂ ਅਤੇ SDF ਟੀਮ ਪਟਿਆਲੇ ਦਾ। ਕਿੰਨੇ ਹੀਰੋਇਨ ਬਰਾਮਦ ਹੋਈ ਇਹਦੇ ਕੋਲ? 1 ਕਿਲੋ 30 ਗ੍ਰਾਮ ਹੀਰੋਇਨ ਬਰਾਮਦ ਹੋਈ ਇਹਦੇ ਤੋਂ ਅਤੇ ਮੁਕੱਦਮਾ ਦਰਜ ਹੋਇਆ 192 ਨੰਬਰ। ਇਹ ਰਜਿੰਦਰ ਸਿੰਘ ਉਰਫ ਜਿੰਦਰ, ਪੁੱਤਰ ਗੁਰਬਚਨ ਸਿੰਘ, ਕੌਮ ਪ੍ਰਜਾਪਤ, ਵਾਸੀ ਵਾਰਡ ਨੰਬਰ 1, ਨੇੜੇ ਕੁੱਕਰ ਫੈਕਟਰੀ ਸੰਗਰੂਰ ਰੋਡ ਪਾਤੜਾਂ ਦਾ ਰਹਿਣ ਵਾਲਾ ਹੈ। ਇਹਦਾ ਇੱਕ ਸਾਥੀ ਸੀ ਨਿਰਮਲ ਨਿੰਮਾ, ਪੁੱਤਰ ਗੁਰਬਚਨ ਸਿੰਘ, ਉਹ ਵੀ ਕੌਮ ਪ੍ਰਜਾਪਤੀ ਦੀ ਪੁਆਦ ਲਟਕਾ ਪਿੰਡ ਅਤਾਲਾਂ ਤੋਂ, ਉਹ ਇਹਦੇ ਨਾਲ ਸੀਗਾ, ਉਹ ਭੱਜਣ 'ਚ ਸਫਲ ਹੋ ਗਿਆ ਅਤੇ ਮੌਕੇ 'ਤੇ ਕਾਬੂ ਆ ਗਿਆ। ਕੋਈ ਪੁੱਛਤਾਛ 'ਚ ਅਬ ਤੱਕ ਮੰਨ ਲਓ ਕੋਈ ਤਹਿਕਾਤ ਦੇ ਵਿੱਚ ਕੋਈ ਪਹਿਲਾਂ ਵੀ ਇਸ ਤਰ੍ਹਾਂ ਲੈ ਕੇ ਆਉਂਦੇ ਸੀ? ਹਾਂ, ਇਹ ਮਤਲਬ ਤਕਰੀਬਨ ਪਹਿਲਾਂ ਇਹਦੇ 'ਤੇ ਰਾਜਸਥਾਨ ਭੁੱਕੀ ਦਾ ਪਰਚਾ ਦਰਜ ਹੋਇਆ ਸੀ, ਉੱਥੇ ਸਜ਼ਾ ਕੱਟ ਕੇ ਆਇਆ, 5 ਸਾਲ ਦੀ ਹੋਈ ਸੀ ਇਹਨੂੰ। ਹੁਣ ਮਤਲਬ